ਮੇਰੀ ਭੈਣ ਉਹ ਮੈਂ ਜਾਣਦੀ ਹਾਂ ਉਹਨੂੰ, ਉਹ ਕਿਸੇ ਨੂੰ ਕੁਛ ਨੀ ਕਹਿੰਦੀ ਸੀ, ਇੰਨੀ ਸਿੱਧੀ ਸੀ ਉਹ। ਇੱਕ ਹੋਰ ਵਿਆਹਤਾ ਔਰਤ ਨੂੰ ਸਹੁਰੇ ਪਰਿਵਾਰ ਦੇ ਵੱਲੋਂ ਖਤਮ ਕਰ ਦਿੱਤਾ ਗਿਆ। ਨਾ ਤਾਂ ਇਹ ਸੋਚਿਆ ਗਿਆ ਕਿ ਉਹ ਵੀ ਕਿਸੇ ਦੀ ਧੀ ਹੈ, ਨਾ ਹੀ ਇਹ ਸੋਚਿਆ ਕਿ ਇਹ ਹੁਣ ਕਿਸੇ ਦੀ ਮਾਂ ਵੀ ਬਣ ਚੁੱਕੀ ਹੈ। ਮਾਸੂਮ ਬੱਚੀ ਤੋਂ ਉਸਦੀ ਮਾਂ ਉਸਦੇ ਹੀ ਦਾਦਾ ਦਾਦੀ ਅਤੇ ਪਿਓ ਦੇ ਵੱਲੋਂ ਖੋਹ ਲਈ ਗਈ ਹੈ ਅਤੇ ਇਸ ਮਾੜੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਸਾਰਾ ਟੱਬਰ ਫਰਾਰ ਹੋ ਗਿਆ। 26 ਸਾਲ ਦੀ ਕੁੜੀ ਦੀ ਜਾਨ ਲੈਣ ਤੋਂ ਬਾਅਦ ਦੱਸਿਆ ਗਿਆ ਕੁੜੀ ਦੇ ਪੇਕੇ ਪਰਿਵਾਰ ਦੇ ਵੱਲੋਂ ਕਿ ਕਿੰਜ ਇਸ ਕੁੜੀ ਦੀ ਭੈਣ ਨੂੰ ਜੀਜੇ ਦਾ ਫੋਨ ਆਉਂਦਾ ਅਤੇ ਉਹ ਆਖਦਾ ਕਿ ਕੁੜੀ ਬਾਥਰੂਮ ਦੇ ਵਿੱਚ ਡਿੱਗ ਪਈ ਹੈ। ਉਹਨਾਂ ਨੂੰ ਇਹੀ ਸੀ ਕਿ ਕੋਈ ਮਾਮੂਲੀ ਸੱਟ ਲੱਗੀ ਹੋਣੀ ਹੈ, ਪਰ ਨਹੀਂ ਪਤਾ ਸੀ ਕਿ ਇਸ ਛੋਟੀ ਜਿਹੀ ਗੱਲ ਤੋਂ ਬਾਅਦ ਜਿਹੜਾ ਅਗਲਾ ਫੋਨ ਕੀਤਾ ਜਾਵੇਗਾ ਉਸ ਦੇ ਵਿੱਚ ਉਹ ਸਾਫ਼ ਕਹਿ ਦੇਣਗੇ ਕਿ ਤੁਹਾਡੀ ਧੀ ਇੱਥੇ ਹੈ ਹੀ ਨਹੀਂ, ਇਸ ਦੁਨੀਆਂ ਦੇ ਵਿੱਚ ਉਹ ਜਿਉਂਦੀ ਨਹੀਂ ਬਚੀ। ਪਰ ਇਸ ਸਾਰੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਪਰਿਵਾਰ ਫਰਾਰ ਹੋ ਗਿਆ। ਇਸੇ ਕਰਕੇ ਹੁਣ ਕੁੜੀ ਦੇ ਪੇਕੇ ਪਰਿਵਾਰ ਦਾ ਸ਼ੱਕ ਹੋਰ ਵੀ ਦੁੱਗਣਾ ਹੋ ਚੁੱਕਿਆ ਕਿ ਆਖਿਰਕਾਰ ਜੇਕਰ ਇਹ ਸਧਾਰਨ ਘਟਨਾ ਸੀ ਜਾਂ ਫਿਰ ਕੋਈ ਹੋਰ ਗੱਲ ਸੀ ਤਾਂ ਉਹ ਘਰ ਤੋਂ ਭੱਜੇ ਕਿਉਂ। ਇਸ ਪੂਰੀ ਘਟਨਾ ਤੋਂ ਬਾਅਦ ਮ੍ਰਿਤਕਾ ਦੀ ਮਾਂ ਮੰਜੂ ਅਤੇ ਭੈਣ ਕਾਮਿਨੀ ਨੇ ਦੋਸ਼ ਲਗਾਇਆ ਕਿ ਸਹੁਰਾ ਪਰਿਵਾਰ ਅੰਜਲੀ ਨੂੰ ਬੀਤੇ ਕੁਝ ਸਮੇਂ ਤੋਂ ਤੰਗ ਪਰੇਸ਼ਾਨ ਕਰ ਰਿਹਾ ਸੀ। ਫੋਨ 'ਤੇ ਗੱਲ ਕਰਦੀ ਸੀ ਤਾਂ ਉਸਦੀਆਂ ਗੱਲਾਂ ਦੇ ਵਿੱਚ ਇਹ ਅਹਿਸਾਸ ਹੁੰਦਾ ਸੀ, ਪਰ ਅੰਜਲੀ ਹਮੇਸ਼ਾ ਹੀ ਆਪਣੇ ਅੰਦਰ ਗੱਲਾਂ ਲੁਕੋ ਕੇ ਰੱਖਦੀ ਸੀ। ਕਿਸੇ ਦੇ ਨਾਲ ਉਹ ਖੁੱਲ੍ਹ ਕੇ ਗੱਲ ਨਹੀਂ ਕਰਦੀ ਸੀ ਅਤੇ ਨਾ ਹੀ ਕਿਸੇ ਨੂੰ ਮਾੜਾ ਬੋਲਦੀ ਸੀ। ਕਾਮਿਨੀ ਦੇ ਅਨੁਸਾਰ ਅੱਜ ਜਦੋਂ ਉਸਦੇ ਜੀਜੇ ਨੇ ਫੋਨ ਕੀਤਾ ਤਾਂ ਕਿਹਾ ਕਿ ਉਹ ਬਾਥਰੂਮ ਦੇ ਵਿੱਚ ਡਿੱਗ ਪਈ, ਬਾਅਦ ਦੇ ਵਿੱਚ ਕਿਹਾ ਕਿ ਉਹ ਦੁਨੀਆ ਛੱਡ ਕੇ ਜਾ ਚੁੱਕੀ ਹੈ। ਪਰਿਵਾਰ ਦੇ ਵੱਲੋਂ ਪੁਲਿਸ ਦੇ ਅੱਗੇ ਗੁਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਸਿਟੀ ਥਾਣੇ ਦੇ SHO ਰਾਵ ਵਰਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਉਹ ਬਿੱਲਾਂ ਵਾਲੀ ਛੱਪੜੀ ਦੇ ਵਿੱਚ ਇੱਕ ਔਰਤ ਸੰਬੰਧੀ ਮਿਲੀ ਦਰਖਾਸਤ ਤੋਂ ਉੱਥੇ ਪਹੁੰਚੇ ਸਨ। ਮੌਕੇ 'ਤੇ ਜਾ ਕੇ ਜਦੋਂ ਦੇਖਿਆ ਗਿਆ ਤਾਂ ਕੁੜੀ ਦੀ ਮ੍ਰਿਤਕ ਦੇਹ ਉੱਥੇ ਸੀ, ਜਿਸ ਨੂੰ ਕਿ ਹਸਪਤਾਲ ਵਿਖੇ ਭਰਤੀ ਕਰਵਾਉਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਜੋ ਵੀ ਬਿਆਨ ਪਰਿਵਾਰਕ ਮੈਂਬਰ ਲਿਖਵਾਉਣਗੇ, ਜਿਹੜੇ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਣੀ ਹੈ। ਖੰਨਾ ਦੇ ਬਿੱਲਾਂ ਵਾਲੀ ਛੱਪੜੀ ਦਾ ਇਹ ਮਾਮਲਾ ਜਿੱਥੇ ਇੱਕ ਵਿਆਹੁਤਾ ਔਰਤ ਦੀ ਜਾਨ ਜਾਣ ਤੋਂ ਬਾਅਦ, ਜਿਸ ਦੀ ਉਮਰ 26 ਸਾਲ ਅਤੇ ਨਾਮ ਅੰਜਲੀ ਸੀ, ਪਰਿਵਾਰਕ ਮੈਂਬਰਾਂ ਨੇ ਕਈ ਤਰ੍ਹਾਂ ਦੇ ਦੋਸ਼ ਲਗਾਏ ਨੇ ਅਤੇ ਉਸਦੀ 2.5 ਸਾਲ ਦੀ ਮਾਸੂਮ ਬੱਚੀ ਨੂੰ ਇਨਸਾਫ਼ ਦੀ ਗੱਲ ਕੀਤੀ ਜਾ ਰਹੀ ਹੈ। ਕੀ ਨਾਮ ਹੈ ਬੇਟੇ ਤੁਹਾਡਾ? ਮੇਰਾ ਕਾਮਨੀ। ਅੱਛਾ ਕਾਮਨੀ, ਕੀ ਘਟਨਾ ਵਾਪਰੀ ਤੁਹਾਡੀ ਸਿਸਟਰ ਨਾਲ? ਮੈਨੂੰ ਉਹਦਾ ਵੈਸੇ ਫੋਨ ਪਹਿਲਾਂ ਇੱਕ ਦੋ ਵਾਰ ਮੈਂ ਕਰਿਆ ਉਹਨੂੰ, ਉਹਨੇ ਮੈਨੂੰ ਦੱਸਿਆ ਹਾਲ ਚਾਲ, ਕਹਿੰਦੀ ਮੈਂ ਠੀਕ ਹਾਂ, ਫਿਰ ਕਹਿੰਦੀ ਮੇਰਾ ਫੋਨ ਖਰਾਬ ਹੋ ਗਿਆ। ਫਿਰ ਬਾਅਦ 'ਚ ਜਦ ਫੋਨ ਆਇਆ ਉਹਦਾ ਇੱਕ ਦੋ ਵਾਰੀ, ਫਿਰ ਕਹਿੰਦੀ ਵੀ ਤੇਰੇ ਜੀਜੇ ਦਾ ਖਰਾਬ ਹੋ ਗਿਆ ਫੋਨ, ਬਈ ਉਹਦੇ ਕੋਲ ਹੈ, ਉਹਦਾ ਨੰਬਰ ਬੰਦ ਹੈ, ਉਹ ਆਪਣਾ ਨੰਬਰ ਬੰਦ ਹੀ ਰੱਖਦਾ ਸੀ, ਉਹਦਾ ਨੰਬਰ ਚਲਾ ਰਿਹਾ ਹੁਣ। ਹੁਣ ਕਹਿੰਦਾ ਉਹਦੇ ਕੋਲ ਫੋਨ ਹੀ ਨਹੀਂ ਸੀ, ਇਹਨੇ ਹੁਣ ਲੈ ਕੇ ਦਿੱਤਾ ਸੀ ਉਹਨੂੰ ਫੋਨ। ਹੁਣ ਕਹਿੰਦਾ ਉਹਦੇ ਕੋਲ ਫੋਨ ਨਹੀਂ ਹੈਗਾ, ਆਪ ਸਾਰੇ ਭੱਜ ਗਏ ਉਹਨੂੰ ਮਾਰ ਕੇ। ਪਹਿਲਾਂ ਮੈਨੂੰ ਫੋਨ ਕਰਕੇ ਕਹਿੰਦਾ ਮੈਂ ਤੇਰਾ ਜੀਜਾ ਬੋਲਦਾ, ਮੈਨੂੰ ਲੱਗਿਆ ਬਈ ਉਹਦੀ ਮੰਮੀ ਬੋਲਦੀ ਆ, ਮੈਂ ਤਾਂ ਨਮਸਤੇ ਬੁਲਾਈ ਆਂਟੀ ਨੂੰ, ਮੈਂ ਆਂਟੀ ਨਮਸਤੇ, ਫੇਰ ਕਹਿੰਦਾ ਮੈਂ ਤੇਰਾ ਜੀਜਾ ਬੋਲਦਾ ਹੈ, ਕਹਿੰਦਾ ਉਹਨੇ ਬਾਥਰੂਮ ਚ ਗਿਰੀ ਪਈ ਮਿਲੀ ਹੈ। ਥੋੜੀ ਦੇਰ ਬਾਅਦ ਫੋਨ, ਇੱਕ ਵਾਰੀ ਗੱਲ ਦੱਸਦਾ ਮੈਨੂੰ ਚੰਗੀ ਤਰ੍ਹਾਂ, ਮੈਂ ਮੰਨ ਵੀ ਸਕਦੀ ਸੀ ਵੀ ਹਾਂ ਚੱਲ, ਉਹ ਤਾਂ ਇੰਨੀ ਸਿੱਧਰੀ, ਉਹ ਕਿਸੇ ਨੂੰ ਕੁਛ ਕਹਿੰਦੀ ਵੀ ਨਹੀਂ ਸੀ, ਉਹ ਅੰਦਰ ਅੰਦਰ ਰਹਿੰਦੀ ਸੀ। ਤੁਹਾਨੂੰ ਕੀ ਲੱਗਦਾ, ਤੁਹਾਨੂੰ ਕੀ ਲੱਗਦਾ ਵੀ ਕੀ ਹੋਇਆ ਤੁਹਾਡੀ? ਸਾਨੂੰ ਲੱਗਦਾ ਇਹਨਾਂ ਨੇ ਮਾਰੀ ਆ ਉਹ, ਮੈਂ ਸਾਫ਼ ਕਹਿੰਦੀ ਆ, ਮੈਂ ਉਹਦੀ ਭੈਣ ਆ, ਬੇਸ਼ੱਕ ਛੋਟੀ ਆ ਲੇਕਿਨ ਉਹਨਾਂ ਨੇ ਮਾਰੀ ਆ, ਉਹ ਸਾਡੇ ਨਾਲ ਪਲੀ ਆ, ਮੇਰੀ ਭੈਣ ਆ, ਉਹ ਮੈਂ ਜਾਣਦੀ ਆ ਉਹਨੂੰ, ਉਹ ਕਿਸੇ ਨੂੰ ਕੁਛ ਨਹੀਂ ਕਹਿੰਦੀ ਸੀ, ਇੰਨੀ ਸਿੱਧੀ ਸੀ ਉਹ, ਇਹਨਾਂ ਨੂੰ ਸਾਰਿਆਂ ਨੂੰ ਪਤਾ ਹੈ, ਸਾਰੇ ਦੱਸ ਦੇਣਗੇ ਕਿੰਨੀ ਸਾਊ ਸੀ ਉਹ। ਕਿੰਨਾ ਕੁ ਟਾਈਮ ਪਹਿਲਾਂ ਵਿਆਹ ਹੋਇਆ ਸੀਗਾ ਤੁਹਾਡੀ ਭੈਣ ਦਾ?
ਕਿੰਨੇ ਸਾਲ ਹੋ ਗਏ? 4 ਸਾਲ ਹੋ ਗਏ ਉਹਦੇ ਵਿਆਹ ਨੂੰ। ਅੱਛਾ, ਹਾਂਜੀ, ਠੀਕ ਹੈ। ਇੱਥੇ ਖੰਨੀ ਵੀ ਆਈ ਹੋਈ ਸੀ? ਹਾਂਜੀ। ਹੁਣ ਕੀ ਮੰਗ ਕੀ ਕਰਦੇ ਹੋ ਤੁਸੀਂ? ਅਸੀਂ ਇਨਸਾਫ ਚਾਹੁੰਦੇ ਹਾਂ, ਸਾਡੀ ਭੈਣ ਕਿਉਂ ਮਾਰੀ ਇਹਨਾਂ ਨੇ, ਨਾਲੇ ਫਰਾਰ ਕਰਦੇ ਹੋਏ ਆ, ਜੇਲ੍ਹ ਚ ਚਾਹੀਦੇ ਆ ਸਾਨੂੰ। ਠੀਕ, ਸੱਚੇ ਹੁੰਦੇ ਕਿਉਂ? ਕੀ ਨਾਮ ਹੈ ਜੀ ਤੁਹਾਡਾ? ਅੰਜੂ। ਤੇ ਕੀ ਘਟਨਾ ਵਾਪਰੀ ਹੈ ਜੀ ਤੁਹਾਡੀ ਬੇਟੀ ਨਾਲ? ਲੜਕੀ ਮੇਰੀ ਫੋਨ ਪੀਤੀ ਯੇ ਕਾਮ ਨਹੀਂ ਕਰਤਾ ਮੰਮੀ, ਮੈਂ ਸਾਸੁਰ ਸੇ ਕਬ ਤੱਕ ਮੰਗਤੀ ਰਹੂੰਗੀ। ਕੀ ਨਾਮ ਕੀ ਸੀ ਤੁਹਾਡੀ ਬੇਟੀ ਦਾ? ਅੰਜਲੀ। ਇਹਦੇ ਵੀ ਮੰਗਿਆ ਪੈਸੇ ਇੱਕ ਦੋ ਵਾਰੀ, ਇਹਨੇ ਵੀ ਦਿੱਤੇ। ਕਿੰਨੀ ਕੁ ਉਮਰ ਦੀ ਸੀਗੀ? 26 ਸਾਲ ਦੀ। ਵਿਆਹੀ ਹੋਈ ਸੀਗੀ? ਹਾਂਜੀ। ਕਿੰਨੇ ਬੱਚੇ? ਕਿੰਨੇ? ਇੱਕ ਬੇਟੀ ਹੈ। ਅੱਛਾ, 2.5 ਸਾਲ ਦੀ ਕੁੜੀ ਹੈ ਉਸ। ਅੱਜ ਕੀ ਫਿਰ ਗੱਲ ਕੀ ਹੋਈ ਹੈ? ਫੋਨ ਆਇਆ ਸੀ ਅੱਜ ਤੁਹਾਨੂੰ? ਨਹੀਂ, ਮੁੰਡਾ ਆਇਆ ਤਾਂ। ਮੁੰਡਾ ਆਇਆ ਜੀ ਘਰੇ? ਮੋਈ ਆਇਆ ਤਾਂ ਜਵਾਈ ਮੇਰਾ ਮੁਝੇ ਲੈਣੇ, ਮੇਰੀ ਭੈਣ ਦੇ ਘਰ। ਅੱਛਾ, ਚੱਲ ਮੰਮੀ ਚੱਲ ਮੰਗੀ, ਮੈਂ ਸਾਹ ਦੇ ਮੇਰਾ ਪਤੀ 4-5 ਮਹੀਨੇ ਸੇ ਲਾਪਤਾ, ਮੈਂ ਕੀ ਉਸੇ ਕੁਛ ਹੋ ਗਿਆ। ਅੱਛਾ, ਤੁਸੀਂ ਫਿਰ ਮੌਕੇ ਤੇ ਗਏ ਉੱਥੇ? ਗਏ ਇਤਨੇ ਤਾਂ ਉਹਨਾਂ ਨੇ ਉਤਾਰ ਕੇ ਮੰਜੇ ਤੇ ਗਏ, ਮੰਜੇ ਤੇ ਗਏ ਸੀ ਮੈਂ ਲਈ। ਸੱਚ ਕਹਿ ਰਹੀ ਨਾਨੇ ਗਈ ਤੂੰ 2-3 ਘੰਟੇ ਬਾਅਦ ਦੇਖ ਰਹੀ ਆਪਣੀ ਨੂੰ ਕੋ ਕਿਆ ਕਰ ਲਿਆ ਉਹਨਾਂ ਨੇ ਕਰ। ਤੁਹਾਡੀ ਕਦੀ ਗੱਲ ਹੋਈ ਹੈ ਤੁਹਾਡੀ ਬੇਟੀ ਨਾਲ ਵੀ ਕੋਈ ਇਸ ਤਰ੍ਹਾਂ ਦੇ ਕੋਈ ਦਿਮਾਗ 'ਚ ਉਹਦੇ ਗੱਲ ਹੋਵੇ? ਨਹੀਂ ਜੀ। ਕਦੀ ਕੁਝ ਕਿਹਾ ਹੋਵੇ, ਕੋਈ ਲੜਾਈ ਝਗੜਾ ਹੋਵੇ ਕੋਈ? ਕੁਛ ਹੋ ਗਿਆ ਤੇ ਵੀ ਮੈਂ ਦੁਖੀ ਹਾਂ, ਬਸ ਪਤੀ ਕੇ ਵਜ੍ਹਾ ਸੇ ਦੁਖੀ ਹਾਂ। ਹੁਣ ਤੁਸੀਂ ਇੱਥੇ ਆਏ ਹੋ, ਕੀ ਮੰਗ ਕੀ ਕਰਦੇ ਹੋ? ਥਾਣੇ 'ਚ ਆਏ ਹੋ ਤੁਸੀਂ? ਹਸਬੈਂਡ ਕਿੱਥੇ ਆ ਉਹਦਾ? ਖੰਨੇ ਕਿਹੜੀ ਜਗ੍ਹਾ 'ਚ ਰਹਿੰਦੇ ਸੀਗੇ? ਕਿਹੜੀ ਜਗ੍ਹਾ ਰਹਿੰਦੇ ਸੀਗੇ ਖੰਨੇ? ਜਿੱਦਾਂ ਦੀ ਰਿਪੋਰਟ ਆਵੇਗੀ ਮੈਡੀਕਲ, ਅਤੇ ਉਹਨਾਂ ਦੇ ਮਾਂ ਪਿਓ ਦੇ, ਉਹਨਾਂ ਦੇ ਪੇਰੈਂਟਸ ਦੇ ਜਿੱਦਾਂ ਦੇ ਬਿਆਨ ਹੋਣਗੇ, ਉਸ ਹਿਸਾਬ ਨਾਲ ਉਹਦੀ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ। ਕੀ ਨਾਮ ਹੈ ਜੀ ਤੁਹਾਡਾ? ਅੰਜੂ। ਤੇ ਕੀ ਘਟਨਾ ਵਾਪਰੀ ਹੈ ਜੀ ਤੁਹਾਡੀ ਬੇਟੀ ਨਾਲ? ਲੜਕੀ ਮੇਰੀ ਫੋਨ ਪੀਤੀ ਯੇ ਕਾਮ ਨਹੀਂ ਕਰਤਾ ਮੰਮੀ, ਮੈਂ ਸਾਸੁਰ ਸੇ ਕਬ ਤੱਕ ਮੰਗਤੀ ਰਹੂੰਗੀ। ਕੀ ਨਾਮ ਕੀ ਸੀ ਤੁਹਾਡੀ ਬੇਟੀ ਦਾ? ਅੰਜਲੀ। ਇਹਦੇ ਵੀ ਮੰਗਿਆ ਪੈਸੇ ਇੱਕ ਦੋ ਵਾਰੀ, ਇਹਨੇ ਵੀ ਦਿੱਤੇ। ਕਿੰਨੀ ਕੁ ਉਮਰ ਦੀ ਸੀਗੀ? 26 ਸਾਲ ਦੀ। ਵਿਆਹੀ ਹੋਈ ਸੀਗੀ? ਹਾਂਜੀ। ਕਿੰਨੇ ਬੱਚੇ? ਕਿੰਨੇ? ਇੱਕ ਬੇਟੀ ਹੈ। ਅੱਛਾ, 2.5 ਸਾਲ ਦੀ ਕੁੜੀ ਹੈ ਉਸ। ਨਹੀਂ, ਅੱਜ ਕੀ ਫਿਰ ਗੱਲ ਕੀ ਹੋਈ ਹੈ? ਫੋਨ ਆਇਆ ਸੀ ਅੱਜ ਤੁਹਾਨੂੰ? ਨਹੀਂ, ਮੁੰਡੇ ਆਇਆ ਤਾਂ। ਮੁੰਡਾ ਆਇਆ ਜੀ ਘਰੇ? ਮੋਈ ਆਇਆ ਤਾਂ ਜਵਾਈ ਮੇਰਾ ਮੁਝੇ ਲੈਣੇ, ਮੇਰੀ ਭੈਣ ਦੇ ਘਰ। ਅੱਛਾ, ਚੱਲ ਮੰਮੀ ਚੱਲ ਮੰਗੀ, ਮੈਂ ਸਾਹ ਦੇ
ਮੇਰਾ ਪਤੀ 4-5 ਮਹੀਨੇ ਸੇ ਲਾਪਤਾ, ਮੈਨੂੰ ਕੀ ਉਸੇ ਕੁਛ ਹੋ ਗਿਆ। ਇਹਨਾਂ ਨੂੰ ਸਾਰਿਆਂ ਨੂੰ ਪਤਾ ਹੈ, ਸਾਰੇ ਦੱਸ ਦੇਣਗੇ ਕਿੰਨੀ ਸਾਊ ਸੀ ਉਹ। ਕਿੰਨਾ ਕੁ ਟਾਈਮ ਪਹਿਲਾਂ ਵਿਆਹ ਹੋਇਆ ਸੀਗਾ ਤੁਹਾਡੀ ਭੈਣ ਦਾ? ਕਿੰਨੇ ਸਾਲ ਹੋ ਗਏ? 4-5 ਸਾਲ ਹੋ ਗਏ ਉਹਦੇ ਵਿਆਹ।